हां जी स्वागत ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗੇ ਆਮ ਸਟੱਡੀ ਵਿਦਿਊ ਜੋਬ ਅਲਰਟ ਤੇ ਸੋ ਅੱਜ ਨਵੀਂ ਕਲਾਸ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਐਸਐਸਟੀ ਇੰਡੀਅਨ ਕਨਸਟੀਟਿਊਸ਼ਨ ਸੀਬੀਜ਼ ਜੀ ਨੂੰ ਆਪਾਂ ਕਹਿ ਦਿੰਦੇ ਹਾਂਗੇ ਤਾਂ ਇਹਦੇ ਵਿੱਚ ਆਪਾਂ 15 ਕਨਸੈਪਟ ਹੈ ਜਿਹੜੇ ਕਲੀਅਰ ਕਰਾਂਗੇ ਸੋ ਇਹਨਾਂ 15 ਕਨਸੈਪਟਾਂ ਦੇ ਨਾਲ ਤੁਹਾਡਾ ਸਾਰਾ ਸਵਿਧਾਨ ਜਿਹਦੇ ਵਿੱਚ ਕੇਂਦਰ ਸਰਕਾਰ ਆ ਗਈ ਰਾਜਪੱਧਰੀ ਸਰਕਾਰ ਆ ਗਈ ਵਿਦੇਸ਼ ਨੀਤੀ ਆ ਗਈ ਨਾਗਰਿਕਤਾ ਆ ਗਈ ਸਰਕਾਰ ਦੇ ਅੰਗ ਆ ਗਈ ਅਦਾਲਤਾਂ ਆ ਗਈਆਂ ਮੌਲਿਕ ਅਧਿਕਾਰ ਆ ਗਏ ਜੁਐਨਓ ਆ ਗਿਆ ਭਾਰਤੀ ਸੰਘ ਪ੍ਰਣਾਲੀ ਆ ਗਈ ਜ਼ੋਨ ਪ੍ਰਕਿਰਿਆ ਆ ਗਈ ਸੰਵਿਧਾਨ ਦਾ ਵਿਸਥਾਰ ਆ ਗਿਆ ਕਨਸੈਪਟ ਆ ਗਏ ਸਾਰੇ ਦਲ ਪ੍ਰਣਾਲੀ ਆ ਗਈ ਪਿੰਡੂ ਸ਼ਹਿਰੀ ਪੱਧਰ ਤੇ ਲੋਕਤੰਤਰ ਆ ਗਿਆ ਜਿਹਨੂੰ ਪੋ ਡੈਮੋਕ੍ਰੇਸੀ ਕਹਿੰਦੇ ਆ ਰੂਲਰ ਐਂਡ ਅਰਬਨ ਲੈਵਲ ਅਤੇ ਸਿਧਾਤ ਆ ਗਈ ਤਾਂ 15 ਕਨਸੈਪਟਾਂ ਦੇ ਵਿੱਚ ਤੁਹਾਡਾ ਤੁਹਾਡਾ ਜਿਹੜਾ ਸਾਰਾ ਇਹ ਇੰਡੀਅਨ ਕਨਸਟੀਟਿਊਸ਼ਨ ਹੈ ਇਹ ਕੰਪਲੀਟ ਹੋਏਗਾ ਐਸਐਸਟੀ ਤੁਹਾਡੀ ਕੰਪਲੀਟ ਹੋਏਗੀ ਜਿਹੜੇ ਵੀ ਪੇਪਰ ਤੁਸੀਂ ਤਿਆਰੀ ਕਰ ਰਹੇ ਹੋ ਉਹਦੇ ਲਈ ਫਾਇਦੇਮੰਦ ਹੈ ਉਹਦੇ ਲਈ ਕਲਾਸ ਹੈ ਚਾਹੇ ਪੰਜਾਬ ਪਟੈਟਾ ਹੈ ਚਾਹੇ ਮਾਸਟਰ ਕੀਡਰ ਹੈ ਚਾਹੇ ਟ੍ਰਿਪਲ ਐਸ ਬੀ ਹੈ ਚਾਹੇ ਅੱਗੇ ਆਉਣ ਵਾਲੀ ਭਰਤੀ ਜਿਹੜੀ ਪੰਜਾਬ ਪੁਲਿਸ ਹੈ ਤਾਂ ਇਹਦੇ ਵਿੱਚ ਸਾਰਿਆਂ ਦੇ ਵਿੱਚ ਸੰਵਿਧਾਨ ਨਾਲ ਸੰਬੰਧਿਤ ਜਿਹਨੂੰ ਆਪਾਂ ਪੋਲਿਟੀ ਕਹਿੰਦੇ ਆ ਇਹਦੇ ਕੁਐਸਚਨ ਆਉਂਦੇ ਹੀ ਆਉਂਦੇ ਨੇ ਤਾਂ ਇਹ ਕਨਸੈਪਟ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਸੋ ਅੱਜ ਪਹਿਲਾ ਦਿਨ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਹੀ ਤੁਹਾਨੂੰ ਡੇਲੀ ਕਲਾਸ ਜਿਹੜੀ ਸਮੇਂ ਸਿਰ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਬਾਕੀ ਦੀ ਪਲੇਲਿਸਟ ਅਲੱਗ ਤੋਂ ਬਣਾਵਾਂਗੇ ਜੋ ਬਾਅਦ ਦੇ ਵਿੱਚ ਭਾਗ ਰੀਡ ਕਰਨਾ ਚਾਹੁੰਦੇ ਆ ਤਾਂ ਪਲੇਲਿਸਟ ਵਿੱਚ ਜਾ ਕੇ ਰੀਡ ਜ਼ਰੂਰ ਕਰ ਲਿਓ। ਬਾਕੀ ਪੰਜਾਬ ਟੈਟ ਨੂੰ ਲੈ ਕੇ ਜਿਹੜੀ ਪੈਡਾਗੋਜੀ ਦੀ ਕਲਾਸ ਹੈ ਜਿਹੜੀ ਉਹ ਚੱਲ ਰਹੀ ਹੈ। ਸੋ ਸਮਾਂ ਜਿਹੜਾ ਕਲਾਸ ਦਾ 3 ਵਜੇ ਹੋਇਆ ਕਰੇਗਾ। ਸੋ ਆਏ ਦਿਨ ਕਲਾਸ ਨਵੀਂ ਹੋਇਆ ਕਰੇਗੀ। ਕਦੇ ਪੋਲੀਟੀ ਦੀ, ਕਦੇ ਪੰਜਾਬ ਟੈਟ ਪੈਡਾਗੋਜੀ ਦੀ, ਕਦੇ ਪੰਜਾਬੀ ਵਿਆਕਰਨ ਦੀ, ਕਦੇ ਹਿਸਟਰੀ ਦੀ। ਸੋ ਇਸ ਤਰ੍ਹਾਂ ਆਪਾਂ ਹੁਣ ਉਹ ਸਟਾਰਟ ਕਰਾਂਗੇ। ਬਾਕੀ ਤੁਹਾਡਾ ਰਿਸਪੌਂਸ ਹੋਏਗਾ ਕਿਹੋ ਜਿਹਾ ਤੁਹਾਡਾ ਰਿਸਪੌਂਸ ਮਿਲਦਾ ਤਾਂ ਉਸ ਹਾਵ ਨਾਲ ਆਪਾਂ ਵੀਡੀਓ ਜਿਹੜੀ ਲੈ ਕੇ ਆਵਾਂਗੇ। ਤਾਂ ਇਹਦੇ ਵਿੱਚ ਸਾਰੇ ਕਨਸੈਪਟ ਤੁਹਾਡੇ ਨਾਲ ਕਲੀਅਰ ਕਰਾਂਗੇ ਫੁੱਲ ਐਕਸਪਲੇਨ ਕਰਾਂਗੇ ਕਿਤੇ ਵੀ ਤੁਹਾਨੂੰ ਐਮਸੀਕਿਊ ਪ੍ਰਸ਼ਨ ਉੱਤਰ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਤਾਂ ਇਹ ਥਿਉਰੀ ਟਾਈਪ ਹੈ ਸ਼ਾਰਟ ਦੇ ਵਿੱਚ ਜਿਹੜੀ ਜਾਣਕਾਰੀ ਹੈ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਪਹਿਲਾਂ ਆਪਾਂ ਜਿਹੜਾ ਸਟਾਰਟ ਕਰਾਂਗੇ ਉਹ ਪਾਰਲੀਮੈਂਟ ਤੋਂ ਸਟਾਰਟ ਕਰਾਂਗੇ ਸੰਸਦੀ ਕਾਰਜ ਪ੍ਰਣਾਲੀ ਫੰਕਸ਼ਨਿੰਗ ਆਫ ਦਾ ਪਾਰਲੀਮੈਂਟ ਤਾਂ ਸੰਸਦੀ ਕਾਰਜ ਪ੍ਰਣਾਲੀ ਦੇ ਸਬੰਧ ਵਿੱਚ ਹਰ ਵਿਸ਼ਾ ਦਾ ਜਿਹੜਾ ਵਰਣਨ ਹੈ ਉਹ ਸੰਵਿਧਾਨ ਦੇ ਵਿੱਚ ਨਹੀਂ ਹੈ ਸਗੋਂ ਜਿਹੜੀ ਧਾਰਾ ਹੈ ਉਹ 118 ਆਈ ਅਧੀਨ ਹੈ ਜਿਹੜਾ ਇਹਦੇ ਵਿੱਚ ਕਿਹਾ ਗਿਆ ਕਿ ਸੰਸਦ ਦਾ ਹਰ 사ਦਨ ਆਪਣੇ ਕਾਰਵਿਹਾਰ ਨੂੰ ਚਲਾਉਣ ਲਈ ਸੰਵਿਧਾਨ ਦੀਆਂ ਧਾਰਾਵਾਂ ਨੂੰ ਮੁੱਖ ਰੱਖ ਕੇ ਨਿਯਮਾ ਜਿਹੜਾ ਬਣਾ ਸਕੇਗਾ ਸੋ ਇਹ ਸਿੱਧਾ ਇਹਦੇ ਵਿੱਚ ਕੁਐਸਚਨ ਬਣਿਆ ਪਿਆ ਇਨਵਾਈਟਡ ਕੌਮੇ ਦੇ ਵਿੱਚ ਸੋ ਇਹ ਤੁਹਾਨੂੰ ਬਣਾ ਦੇਣਗੇ ਪ੍ਰਸ਼ਨ ਅਤੇ ਪੁੱਛਿਆ ਜਾਏਗਾ ਕਿ ਕਿਹੜੀ ਧਾਰਾ ਦੀ ਇਹ ਗੱਲ ਹੈ ਜਿਹੜੀ ਕਹੀ ਗਈ ਹੈ ਤਾਂ ਧਾਰਾ 118 ਆਈ ਅਧੀਨ ਇਹ ਗੱਲ ਹੈ ਜਿਹੜੀ ਕਹੀ ਗਈ ਹੈ ਸੋ ਇਸ ਧਾਰਾ ਅਧੀਨ ਪ੍ਰਾਪਤ ਸ਼ਕਤੀ ਦੇ ਅਨੁਸਾਰ ਲੋਕ ਸਭਾ ਅਤੇ ਰਾਜ ਸਭਾ ਨੇ ਸਦਨ ਦਾ ਕਾਰਜਵਿਹਾਰ ਚਲਣ ਲਈ ਨਿਯਮਾਂ ਦਾ ਜਿਹੜਾ ਨਿਰਮਾਣ ਕੀਤਾ ਹੈ ਦੋਹਾਂ ਸਦਨਾਂ ਦੀ ਕਾਰਜ ਪ੍ਰਣਾਲੀ ਲਗਭਗ ਸਮਾਨ ਹੈ ਜਿਹਦਾ ਵਰਣਨ ਹੈ ਜਿਹੜਾ ਆਪਾਂ ਅੱਗੇ ਪੜਾਂਗੇ ਸੋ ਅੱਗੇ ਦੇ ਪੁਆਇੰਟਸ ਆ ਗਏ ਪਹਿਲਾ ਪੁਆਇੰਟ ਹੈ ਨਵੀਂ ਸੰਸਦ ਦਾ ਆਰੰਭ ਅਤੇ ਮੈਂਬਰਾਂ ਦੇ ਦੁਆਰਾ ਸੌਂ ਚੁੱਕਣਾ ਸੌਂ ਚੁੱਕਣਾ ਜਾਨੀ ਕਿ ਔਥ ਸਰਮਨੀ ਜਿਹਨੂੰ ਆਪਾਂ ਕਹਿੰਦੇ ਆ ਨਿਊ ਪਾਰਲੀਮੈਂਟ ਨਵੀਂ ਸੰਸਦ ਦਾ ਆਰੰਭ ਜਿਹੜਾ ਕਦੋਂ ਹੋਇਆ ਸੀ ਕਿਸ ਤਰ੍ਹਾਂ ਇਹਦੇ ਮੈਂਬਰ ਸੌ ਚੁੱਕਦੇ ਆ ਤਾਂ ਇਹ ਐਕਸਪਲੇਨਡ ਕਰਾਂਗੇ ਸੋ ਸੰਵਿਧਾਨ ਦੀ ਧਾਰਾ 99 ਦੇ ਅਨੁਸਾਰ ਸੰਸਦ ਦਾ ਹਰ ਮੈਂਬਰ ਨਿਸ਼ਚਿਤ ਦਿਨ ਨਿਸ਼ਚਿਤ ਸਮੇਂ ਸੰਸਦ ਵਿੱਚ ਆਪਣੀ ਸੀਟ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਦੇ ਵੱਲੋਂ ਨਿਯੁਕਤ ਵਿਅਕਤੀ ਦੇ ਸਾਹਮਣੇ ਸੰਵਿਧਾਨ ਪ੍ਰਤੀ ਵਫਾਦਾਰੀ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦੀ ਸਹੁੰ ਆ ਜਿਹੜੀ ਚੁੱਕਦਾ ਸੋ ਇੱਥੇ ਜਿਹੜਾ ਕੁਐਸਚਨ ਬਣਦਾ ਹੈ ਕਿ ਕਿਹੜੀ ਧਾਰਾ ਦੇ ਅਧੀਨ ਹੈ ਜਿਹੜੀ ਮੈਂਬਰਾਂ ਦੁਆਰਾ ਸੌਂ ਚੁੱਕੀ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਤਾਂ ਇਹ ਆ ਗਈ ਜੀ ਧਾਰਾ 99 ਧਾਰਾ 99 ਦੇ ਅਨੁਸਾਰ ਸੰਸਦ ਦਾ ਹਰ ਜਿਹੜਾ ਮੈਂਬਰ ਹੈ ਉਹ ਨਿਸ਼ਚਿਤ ਦਿਨ ਨਿਸ਼ਚਿਤ ਸਮੇਂ ਤੇ ਆਪਣਾ ਅਹੁਦਾ ਆਪਣੀ ਸੀਟ ਸੰਭਾਲਣ ਤੋਂ ਪਹਿਲਾਂ ਕਿਹਦੇ ਅੱਗੇ ਸੌਂ ਚੁੱਕਦਾ ਹੈ ਰਾਸ਼ਟਰਪਤੀ ਜਾਂ ਫਿਰ ਰਾਸ਼ਟਰਪਤੀ ਵੱਲੋਂ ਨਿਯੁਕਤ ਜੋ ਵਿਅਕਤੀ ਕੀਤਾ ਜਾਂਦਾ ਹੈ ਉਹਦੇ ਸਾਹਮਣੇ ਸੰਵਿਧਾਨ ਪ੍ਰਤੀ ਵਫਾਦਾਰੀ ਦੇਸ਼ ਦੀ ਪ੍ਰਭੂਸੱਤਾ ਅਤੇ ਕੰਡ ਤੁਹਾਨੂੰ ਬਣਾਏ ਰੱਖਣ ਲਈ ਸੌਹ ਆ ਜਿਹੜੀ ਚੁੱਕਦਾ ਹੈ ਸੋ ਇਹਦੇ ਵਿੱਚ ਦੋ ਕੁਐਸਚਨ ਤੁਹਾਡੇ ਕੰਪਲੀਟ ਹੈ ਜਿਹੜੇ ਹੋਏ ਸੋ ਅੱਗੇ ਆ ਗਿਆ ਜੀ ਸਪੀਕਰ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਇਲੈਕਸ਼ਨਸ ਆਫ ਦਾ ਸਪੀਕਰ ਸਦਨ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਸਦਨ ਦਾ ਸਭ ਤੋਂ ਸੀਨੀਅਰ ਮੈਂਬਰ ਕਰਦਾ ਹੈ ਸਦਨ ਦੇ ਮੈਂਬਰ ਸੌ ਚੱਕਣ ਤੋਂ ਪਿੱਛੋਂ ਸਪੀਕਰ ਦੀ ਚੋਣ ਆ ਜਿਹੜੀ ਕਰਦੇ ਹੈ ਉਪ ਰਾਸ਼ਟਰਪਤੀ ਜਿਹੜਾ ਰਾਜ ਸਭਾ ਦਾ ਪਦ ਹੈਨ ਸਭਾਪਤੀ ਐਕਸ ਤੀਨੋਂ ਆਪਾਂ ਆਫੀਸ ਦੇ ਚੇਅਰਮੈਨ ਕਹਨੇ ਆ ਤਾਂ ਸਪੀਕਰ ਦੀ ਚੋਣ ਪਿੱਛੇ ਸਦਨ ਦੀ ਉਸ ਦਿਨ ਦੀ ਕਾਰਵਾਈ ਹੈ ਜਿਹੜੀ ਖਤਮ ਹੋ ਜਾਂਦੀ ਹੈ ਇਹ ਪਹਿਲੇ ਸਟੈਪ ਦੇ ਵਿੱਚ ਤਾਂ ਇੱਥੇ ਪੁੱਛਿਆ ਜਾਂਦਾ ਕਿ ਸਦਨ ਦੀ ਬੈਠਕ ਹੁੰਦੀ ਹੈ ਜਿਹੜੀ ਇਹਦੀ ਪ੍ਰਧਾਨਗੀ ਜਿਹੜੀ ਕੌਣ ਕਰਦਾ ਹੈ ਤਾਂ ਸਦਨ ਦਾ ਸਭ ਤੋਂ ਸੀਨੀਅਰ ਮੈਂਬਰ ਹੈ ਜਿਹੜਾ ਸਦਨ ਦੀ ਜੋ ਪਹਿਲੀ ਬੈਠਕ ਹੁੰਦੀ ਹੈ ਉਸ ਦੀ ਪ੍ਰਧਾਨਗੀ ਕਰਦਾ ਹੈ ਅਤੇ ਫਿਰ ਸਦਨ ਦੇ ਮੈਂਬਰ ਸੋਚ ਉੱਕਣ ਤੋਂ ਬਾਅਦ ਸਪੀਕਰ ਦੀ ਚੋਣ ਹੈ ਜਿਹੜੀ ਕਰਦੇ ਉਪਰਾਸ਼ਟਰਪਤੀ ਹੁੰਦਾ ਹੈ ਉਹ ਰਾਜ ਸਭਾ ਦਾ ਪਦ ਦੇਨ ਸਭਾਪਤੀ ਹੈ ਜਿਹੜਾ ਹੁੰਦਾ ਹੈ ਅਗਲਾ ਪੁਆਇੰਟ ਹੈ ਜੀ ਸਦਨ ਦਾ اجلاس ਸੈਸ਼ਨ ਆਫ ਦਾ ਹਾਊਸ ਧਾਰਾ 85 ਅਧੀਨ ਸਦਨ ਦਾ اجلاس ਰਾਸ਼ਟਰਪਤੀ ਦੇ ਦੁਆਰਾ ਬੁਲਾਇਆ ਜਾਂਦਾ ਹੈ ਅਤੇ ਇੱਕ اجلاس ਤੋਂ ਦੂਜੇ اجلاس ਦੇ ਵਿਚਕਾਰ ਹੈ ਜਿਹੜਾ 6 ਮਹੀਨੇ ਤੋਂ ਵਧੇਰੇ ਵਿੱਚ ਜਿਹੜਾ ਫਰਕ ਨਹੀਂ ਪੈਂਦਾ ਸਮਾਂ ਜਿਹੜਾ ਨਹੀਂ ਪੈਂਦਾ ਸੋ اجلاس ਤੇ ਆਪਾਂ ਨੂੰ ਕੁਐਸਚਨ ਆਉਂਦੇ ਆ ਤਾਂ ਧਾਰਾ 85 ਦੇ ਅਧੀਨ ਇਹ اجلاس ਹੈ ਜਿਹੜਾ ਕਿਹਦੇ ਦੁਆਰਾ ਬੁਲਾਇਆ ਜਾਂਦਾ ਹੈ ਰਾਸ਼ਟਰਪਤੀ ਦੇ ਦੁਆਰਾ ਅਤੇ ਇੱਕ اجلاس ਅਤੇ ਦੂਜੇ اجلاس ਦੇ ਵਿਚਕਾਰ ਸਮਾਂ ਜਿਹੜਾ 6 ਮਹੀਨੇ ਤੋਂ ਵਧੇਰੇ ਹੈ ਜਿਹੜਾ ਨਹੀਂ ਪੈਣਾ ਚਾਹੀਦਾ ਭਾਰਤ ਵਿੱਚ ਸੰਸਦ ਦੇ ਸਾਲ ਵਿੱਚ ਤਿੰਨ اجلاس ਹੈ ਜਿਹੜੇ ਬੁਲਾਏ ਜਾਂਦੇ ਨੇ ਸੋ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਤਿੰਨ ਕਿੰਨੇ اجلاس ਜਿਹੜੇ ਹੁੰਦੇ ਆ ਭਾਰਤੀ ਸੰਸਦ ਦੇ ਵਿੱਚ ਤਾਂ ਤਿੰਨ ਹੁੰਦੇ ਆ ਕਿਹੜੇ ਕਿਹੜੇ ਹੁੰਦੇ ਆ ਕਦੋਂ-ਕਦੋਂ ਇਹ ਬੁਲਾਏ ਜਾਂਦੇ ਆ ਸੋ ਪਹਿਲਾ ਹੁੰਦਾ ਹੈ ਬਜਟ ਸੈਸ਼ਨ ਇਹ ਸੈਸ਼ਨ ਕੀ ਹੁੰਦਾ ਹੈ ਇਹ ਸੈਸ਼ਨ ਨਾਮ ਤੌਰ ਤੇ ਫਰਵਰੀ ਦੇ ਵਿੱਚ ਬੁਲਾਇਆ ਜਾਂਦਾ ਹੈ ਅੱਗੇ ਬੁਲਾਇਆ ਜਾਏਗਾ ਅਤੇ ਅਪਰ ਅਪ੍ਰੈਲ ਦੇ ਅਖੀਰ ਤੱਕ ਇਹ ਸੈਸ਼ਨ ਹੈ ਜਿਹੜਾ ਚੱਲਦਾ ਹੈ ਦੂਸਰਾ ਹੁੰਦਾ ਵਰਖਾ ਰੁੱਤ ਦਾ ਸੈਸ਼ਨ ਮੌਨਸੂਨ ਸੈਸ਼ਨ ਦੀ ਨੂੰ ਆਪਾਂ ਕਹਿੰਦੇ ਆ ਇਹ ਸੈਸ਼ਨ ਹੈ ਜਿਹੜਾ ਹੁੰਦਾ ਬਰਖਾ ਰੁੱਤ ਦਾ ਸੈਸ਼ਨ ਆਮ ਤੌਰ ਤੇ ਜੁਲਾਈ ਅਤੇ ਅਗਸਤ ਦੇ ਵਿੱਚ ਬੁਲਾਇਆ ਜਾਂਦਾ ਹੈ ਅਤੇ ਸਤੰਬਰ ਤੱਕ ਇਹ ਜਿਹੜਾ ਚੱਲਦਾ ਹੈ ਸੋ ਇੱਥੇ ਇਹ ਵੀ ਪੁੱਛਿਆ ਜਾਂਦਾ ਹੈ ਕਿ ਬਰਖਾ ਰੁੱਤ ਦਾ ਸੈਸ਼ਨ ਹੈ ਜਿਹੜਾ ਇੱਕ ਕਦੋਂ ਤੋਂ ਕਦੋਂ ਤੱਕ ਇਹ ਜਿਹੜਾ ਚੱਲਦਾ ਹੈ ਜਾਂ ਕਦੋਂ ਬੁਲਾਇਆ ਜਾਂਦਾ ਹੈ ਜੁਲਾਈ ਅਗਸਤ ਦੇ ਵਿੱਚ ਇਹ ਬੁਲਾਇਆ ਜਾਂਦਾ ਹੈ ਅਤੇ ਸਤੰਬਰ ਤੱਕ ਇਹ ਜਿਹੜਾ ਚੱਲਦਾ ਹੈ ਅਤੇ ਇਹਦਾ ਬਜਟ ਸੈਸ਼ਨ ਹੁੰਦਾ ਹੈ ਇਹ ਫਰਵਰੀ ਦੇ ਵਿੱਚ ਬੁਲਾਇਆ ਜਾਂਦਾ ਹੈ ਅਪ੍ਰੈਲ ਦੇ ਅਖੀਰ ਤੱਕ ਚੱਲਦਾ ਹੈ ਤੀਸਰਾ ਆ ਗਿਆ ਸਰਦੀ ਰੁੱਤ ਦਾ ਸੈਸ਼ਨ ਇਹ ਸੈਸ਼ਨ ਆਮ ਤੌਰ ਤੇ ਅਕਤੂਬਰ ਦੇ ਵਿੱਚ ਬੁਲਾਇਆ ਜਾਂਦਾ ਹੈ ਅਤੇ ਦਸੰਬਰ ਦੇ ਵਿੱਚ ਸਮਾਪਤ ਹੈ ਜਿਹੜਾ ਹੋ ਜਾਂਦਾ ਹੈ ਤਿੰਨ ਤਰ੍ਹਾਂ ਦੇ ਸੈਸ਼ਨ ਹੈ ਜਿਹੜੇ ਬੁਲਾਏ ਜਾਂਦੇ ਆ ਬਜਟ ਹੋ ਗਿਆ ਵਰਖਾ ਰੁੱਤ ਸੈਸ਼ਨ ਹੋ ਗਿਆ ਮੌਨਸੂਨ ਸੈਸ਼ਨ ਜਿਹਨੂੰ ਆਪਾਂ ਕਹਿੰਦੇ ਆ ਤੇ ਤੀਸਰਾ ਸਰਦੀ ਰੁੱਤ ਦਾ ਸੈਸ਼ਨ ਸੋ ਹੁਣ ਅਕਤੂਬਰ ਨੰਕੇ ਗਿਆ ਅਕਤੂਬਰ ਨਵੰਬਰ ਹੁਣ ਚੱਲ ਰਿਹਾ ਹੈ ਉnder ਸੋਮਰ ਤੱਕ ਇਹ ਜਿਹੜਾ ਸੈਸ਼ਨ ਹੈ ਸੁਮਾਪਤ ਹੋਏਗਾ ਤਾਂ ਸਦਨ ਦੇ اجلاس ਦੇ ਵਿੱਚ ਜਿਹੜਾ ਤਿੰਨ ਤਰ੍ਹਾਂ ਦੇ اجلاس ਜਿਹੜੇ ਇਹ ਬੁਲਾਏ ਜਾਂਦੇ ਆ ਸੋ ਇਹਦੇ ਵਿੱਚੋਂ ਕਾਫੀ ਕੁਐਸਚਨ ਤੁਹਾਡੇ ਕੰਪਲੀਟ ਹੈ ਜਿਹੜੇ ਹੋਣਗੇ ਸੋ ਨਾਲ ਦੀ ਨਾਲ ਨੋਟ ਕਰ ਸਕਦੇ ਹੋ ਉਸ ਕਰਕੇ ਅਸੀਂ ਸਲੋ ਬੋਲਦੇ ਆ ਅਗਲਾ ਪੁਆਇੰਟ ਹੈ ਗਾਈਸ ਸੰਸਦ ਦੇ اجلاس ਦਾ ਉਦਘਾਟਨ ਜਿਹੜਾ ਕਿਹਦੇ ਦੁਆਰਾ ਕੀਤਾ ਜਾਂਦਾ ਹੈ ਧਾਰਾ 87 ਅਧੀਨ ਆਮ ਚੋਣਾਂ ਤੋਂ ਪਿੱਛੋਂ ਸੰਸਦ ਦੇ ਪਹਿਲੇ اجلاس ਅਤੇ ਉਸ ਤੋਂ ਪਿੱਛੋਂ ਹਰ ਸਾਲ ਪਹਿਲੇ اجلاس ਦਾ ਉਦਘਾਟਨ ਜਿਹੜਾ ਉਹ ਰਾਸ਼ਟਰਪਤੀ ਦੇ ਦੁਆਰਾ ਕੀਤਾ ਜਾਂਦਾ ਹੈ ਇਸ ਮੀਟਿੰਗ ਦੇ ਵਿੱਚ ਰਾਸ਼ਟਰਪਤੀ ਆਪਣਾ ਭਾਸ਼ਣ ਹੈ ਜਿਹੜਾ ਉਹ ਪੜ੍ਹਦਾ ਹੈ ਇਹ ਭਾਸ਼ਣ ਹੈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਭਵਿੱਖ ਵਿੱਚ ਆਪਣੀਆਂ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦਾ ਵਰਣਨ ਜਿਹੜਾ ਕੀਤਾ ਜਾਂਦਾ ਹੈ ਇਹ ਭਾਸ਼ਣ ਹੈ ਜਿਹੜਾ ਸਰਕਾਰ ਦੇ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਰਾਸ਼ਟਰਪਤੀ ਦੁਆਰਾ ਕੇਵਲ ਪੜ੍ਹਿਆ ਹੀ ਜਾਂਦਾ ਸੋ ਇਹਦੇ ਵਿੱਚ ਕਿੰਨੇ ਕੁਐਸਚਨ ਆਗੇ 787 ਦੇ ਅਧੀਨ ਹੈ ਜਿਹੜਾ ਇਹ ਪਹਿਲਾ اجلاس ਹੁੰਦਾ ਹੈ ਸੰਸਦ ਦੇ ਪਹਿਲੇ اجلاس ਅਤੇ ਹਰ ਪਹਿਲੇ اجلاس ਦਾ ਉਦਘਾਟਨ ਕਿਸ ਦੁਆਰਾ ਹੁੰਦਾ ਰਾਸ਼ਟਰਪਤੀ ਦੁਆਰਾ ਇਹਦੇ ਵਿੱਚ ਰਾਸ਼ਟਰਪਤੀ ਕੀ ਕਰਦਾ ਆਪਣਾ ਭਾਸ਼ਣ ਹੈ ਜਿਹੜਾ ਪੜ੍ਹਦਾ ਹੈ ਇਹ ਭਾਸ਼ਣ ਹੈ ਜਿਹੜਾ ਕਿਸ ਦੁਆਰਾ ਤਿਆਰ ਕੀਤਾ ਜਾਂਦਾ ਹੈ ਸਰਕਾਰ ਦੇ ਦੁਆਰਾ ਰਾਸ਼ਟਰਪਤੀ ਕੇਵਲ ਪੜ੍ਹਦਾ ਹੈ ਉਸ ਨੂੰ ਭਾਸ਼ਣ ਹੈ ਤਿਆਰ ਕਰਕੇ ਦੇ ਦਿੱਤਾ ਜਾਂਦਾ ਹੈ ਤਾਂ ਇਸ ਭਾਸ਼ਣ ਦੇ ਵਿੱਚ ਕੀ ਹੁੰਦਾ ਹੈ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਭਵਿੱਖ ਵਿੱਚ ਕਿਹੜੀਆਂ ਨੀਤੀਆਂ ਜਿਹੜੀਆਂ ਅਪਣਾਈਆਂ ਜਾਣਗੀਆਂ ਉਹ ਵਰਨਣ ਹੈ ਜਿਹੜਾ ਰਾਸ਼ਟਰਪਤੀ ਕਰਦਾ ਸੋ ਤਿੰਨ ਤੋਂ ਚਾਰ ਕੁਐਸਚਨ ਇਹਦੇ ਵਿੱਚ ਤੁਹਾਡੇ ਬਣ ਗਏ ਨੇ ਸੋ ਜੋ ਵੀ ਬੋਲਦੇ ਆ ਨਾਲ ਦੀ ਨਾਲ ਨੋਟ ਜਰੂਰ ਕਰੀ ਜਾਇਓ ਅੱਗੇ ਆ ਗਿਆ ਜੀ ਧੰਨਵਾਦ ਪ੍ਰਸਤਾਵ ਰਾਸ਼ਟਰਪਤੀ ਦੇ ਭਾਸ਼ਣ ਦੇ ਅਗਲੇ ਦਿਨ ਧੰਨਵਾਦ ਪ੍ਰਸਤਾਵ ਹੈ ਜਿਹੜਾ ਪੇਸ਼ ਕੀਤਾ ਜਾਂਦਾ ਹੈ ਦਾ ਉਦੇਸ਼ ਹੁੰਦਾ ਹੈ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਸ਼ਾਮਲ ਸਰਕਾਰਾਂ ਦੀਆਂ ਨੀਤੀਆਂ ਤੇ ਸੰਸਦ ਦੀ ਪ੍ਰਵਾਨਗੀ ਜਿਹੜੀ ਪ੍ਰਾਪਤ ਕਰਨਾ ਇਸ ਸਟੇਜ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਦਾ ਪੂਰਾ ਮੌਕਾ ਜਿਹੜਾ ਮਿਲਦਾ ਹੈ ਜੇਕਰ ਸਰਕਾਰ ਦੀ ਇੱਛਾ ਦੇ ਵਿਰੁੱਧ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਕੋਈ ਪਰਵਰਤਨ ਹੋ ਜਾਂਦਾ ਹੈ ਜਾਂ ਧੰਨਵਾਦ ਤੇ ਪ੍ਰਸਤਾਵ ਲੋਕ ਸਭਾ ਦੁਆਰਾ ਅਪ੍ਰਵਾਨ ਜਿਹੜਾ ਕਰ ਦਿੱਤਾ ਜਾਂਦਾ ਹੈ ਤਾਂ ਸਰਕਾਰ ਨੂੰ ਜਿਹੜਾ ਅਸਤੀਫਾ ਦੇਣਾ ਪੈਂਦਾ ਕਿਉਂਕਿ ਇਸ ਨੂੰ ਸਰਕਾਰ ਵਿੱਚ ਔਰ ਵਿਸ਼ਵਾਸ ਹੈ ਜਿਹੜਾ ਮੰਨੇ ਜਾਂਦਾ ਹੈ ਤਾਂ ਇੱਥੇ ਕੁਐਸਚਨ ਜਿਹੜਾ ਬਣਦਾ ਕਿ ਧੰਨਵਾਦ ਪ੍ਰਸਤਾਵ ਹੈ ਜਿਹੜਾ ਕਦੋਂ ਹੁੰਦਾ ਹੈ ਸੋ ਪਹਿਲਾ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਹੈ ਇਸ ਤੋਂ ਅਗਲੇ ਦਿਨ ਹੀ ਧੰਨਵਾਦ ਪ੍ਰਸਤਾਵ ਹੈ ਜਿਹੜਾ ਉਹ ਲਿਆਂਦਾ ਜਾਂਦਾ ਹੈ ਜਿਹਦਾ ਉਦੇਸ਼ ਕੀ ਹੁੰਦਾ ਹੈ ਭਾਸ਼ਣ ਦੇ ਵਿੱਚ ਸ਼ਾਮਲ ਸਰਕਾਰ ਦੀਆਂ ਨੀਤੀਆਂ ਤੇ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਜੋ ਵੀ ਇਸ ਭਾਸ਼ਣ ਦੇ ਦੁਆਰਾ ਰਾਸ਼ਟਰਪਤੀ ਨੀਤੀਆਂ ਦੱਸਦਾ ਹੈ ਸਰਕਾਰ ਪ੍ਰਤੀ ਤਾਂ ਸੰਸਦ ਦੀ ਇਹਦੇ ਵਿੱਚ ਪ੍ਰਵਾਨਗੀ ਜਿਹੜੀ ਲੈਣੀ ਪੈਂਦੀ ਹੈ ਸੋ ਦੂਜਾ ਕੰਮ ਹੁੰਦਾ ਹੈ ਇਹਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਦਾ ਜਿਹੜਾ ਪੂਰਾ ਮੌਕਾ ਜਿਹੜਾ ਉਹ ਮਿਲਦਾ ਹੈ ਜੇਕਰ ਸਰਕਾਰ ਦੀ ਇੱਛਾ ਵਿਰੁੱਧ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਕੋਈ ਪਰਵਰਤਨ ਹੋ ਜਾਂਦਾ ਹੈ ਜਾਂ ਧੰਨਵਾਦ ਤੇ ਪ੍ਰਸਤਾਵ ਲੋਕ ਸਭਾ ਦੁਆਰਾ ਅਪਰਵਾਣ ਜਿਹੜਾ ਕਰ ਦਿੱਤਾ ਜਾਂਦਾ ਤਾਂ ਇਸ ਤੇ ਸਰਕਾਰ ਨੂੰ ਅਸਤੀਫਾ ਜਿਹੜਾ ਦੇਣਾ ਪੈਂਦਾ ਅਤੇ ਇਸ ਨੂੰ ਸਰਕਾਰ ਦੇ ਵਿੱਚ ਅਵਿਸ਼ਵਾਸ ਹੈ ਜਿਹੜਾ ਉਹ ਮੰਨਿਆ ਜਾਂਦਾ ਅੱਗੇ ਆ ਗਈ ਧਾਰਾ 86 ਧਾਰਾ स्या, 86 ਧਾਰਾ 86 ਦੇ ਅਧੀਨ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਦੇ ਕਿਸੇ ਇੱਕ ਸਦਨ ਵਿੱਚ ਜਾਂ ਦੋਹਾਂ ਸਦਨਾਂ ਦੇ ਵਿੱਚ ਭਾਸ਼ਣ ਇਹ ਜਿਹੜਾ ਦੇ ਸਕਦਾ ਹੈ। ਰਾਸ਼ਟਰਪਤੀ ਸੰਸਦ ਨੂੰ ਸੰਦੇਸ਼ ਵੀ ਭੇਜ ਸਕਦਾ ਹੈ ਜਿਹੜੇ ਸਦਨ ਦੇ ਸਭਾਪਤੀ ਦੁਆਰਾ ਪੜ੍ਹ ਕੇ ਸੁਣਾਏ ਜਾਂਦੇ ਨੇ। ਹੁਣ ਇੱਥੇ ਪੁੱਛਿਆ ਜਾਂਦਾ ਕਿ ਧਾਰਾ 86 ਦੇ ਅਧੀਨ ਕੀ ਹੁੰਦਾ ਹੈ? ਜਾਂ ਧਾਰਾ 86 ਹੈ ਜਿਹੜੀ 86 ਹੈ ਕੀ ਕੰਮ ਕਰਦੀ ਹੈ? ਤਾਂ ਇਹਦੇ ਅਧੀਨ ਜਿਹੜਾ ਰਾਸ਼ਟਰਪਤੀ ਹੈ ਜਦੋਂ ਚਾਹੇ ਸੰਸਦ ਦੇ ਕਿਸੇ ਸਦਨ ਵਿੱਚ ਜਾਂ ਦੋਹਾਂ ਸਦਨਾਂ ਵਿੱਚ ਆਪਣਾ ਭਾਸ਼ਣ ਹੈ ਜਿਹੜਾ ਦੇ ਸਕਦਾ ਹੈ ਧਾਰਾ ਸਿਆਸੀ ਦੇ ਅਧੀਨ ਰਾਸ਼ਟਰਪਤੀ ਸੰਸਦ ਨੂੰ ਸੰਦੇਸ਼ ਵੀ ਭੇਜ ਸਕਦਾ ਹੈ ਦੇ ਅਧੀਨ ਅਤੇ ਜਿਹੜੇ ਸਦਨ ਦੇ ਸਭਾਪਤੀ ਦੁਆਰਾ ਪੜ੍ਹ ਕੇ ਅੜੇ ਸੁਣਾਈ ਜਾਂਦੇ ਨੇ ਤਾਂ ਇਹ ਧਾਰਾ ਸਿਆਸੀ ਜਿਹੜੀ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਸੰਬੰਧਤ ਹੈ ਅੱਗੇ ਆ ਗਿਆ ਜੀ ਸਦਨ ਦੀਆਂ ਬੈਠਕਾਂ ਮੀਟਿੰਗਸ ਆਫ ਦਾ ਹਾਊਸ ਸਦਨ ਦਾ ਸਕੱਤਰ ਸਦਨ ਦੀਆਂ ਬੈਠਕਾਂ ਦੀ ਮਿਤੀ ਅਤੇ ਸਮੇਂ ਬਾਰੇ ਮੈਂਬਰਾਂ ਨੂੰ ਸੂਚਿਤ ਕਰਦਾ ਹੈ। ਸਦਨ ਦੀਆਂ ਬੈਠਕਾਂ ਆਮ ਤੌਰ ਤੇ ਦਿਨੇ 11 ਵਜੇ ਸ਼ੁਰੂ ਹੁੰਦੀਆਂ ਨੇ ਅਤੇ ਸ਼ਾਮ 5 ਵਜੇ ਖਤਮ ਹੋ ਜਾਂਦੀਆਂ ਨੇ। ਲੋੜ ਪੈਣ ਤੇ ਇਹ ਸਮਾਂ ਵਧਾਇਆ ਜਾ ਵੀ ਜਾ ਸਕਦਾ ਹੈ। ਤਾਂ ਸੰਸਦ ਦੀਆਂ ਬੈਠਕਾਂ ਤੇ ਅਕਸਰ ਆਪਾਂ ਨੂੰ ਇਗਜ਼ਾਮ ਦੇ ਵਿੱਚ ਕੁਐਸਚਨ ਹੁੰਦੇ ਆ ਕਿ ਇਹਨਾਂ ਨੂੰ ਕੌਣ ਬੁਲਾਉਂਦਾ ਹੈ? ਤਾਂ ਸਦਨ ਦਾ ਸਕੱਤਰ ਹੁੰਦਾ ਜਿਹੜਾ ਉਹ ਸਦਨ ਦੀਆਂ ਬੈਠਕਾਂ ਦੀ ਮਿਤੀ ਅਤੇ ਸਮੇਂ ਬਾਰੇ ਜੋ ਸਦਨ ਦੇ ਮੈਂਬਰ ਹੁੰਦੇ ਨੇ ਇਨਨੂੰ ਮੈਸੇਜ ਭੇਜ ਦਾ ਸੂਚਿਤ ਕਰਦਾ ਹੈ ਇਹਦਾ ਸਮਾਂ 11 ਵਜੇ ਅਤੇ ਸ਼ਾਮ 5 ਵਜੇ ਤੱਕ ਹੁੰਦਾ ਹੈ 11 ਤੋਂ 5 ਅਗਰ ਜ਼ਰੂਰਤ ਹੋਵੇ ਤਾਂ ਇਹ ਸਮਾਂ ਜਿਹੜਾ ਵਧਾਇਆ ਜਾ ਸਕਦਾ ਹੈ ਤਈ ਹੋ ਗਿਆ ਮੀਟਿੰਗਜ਼ ਆਫ ਦਾ ਹਾਊਸ ਅੱਗੇ ਆ ਗਿਆ ਜੀ 사ਦਨ ਦਾ ਕੋਰਮ ਕੋਰਮ ਆਫ ਦਾ ਹਾਊਸ 사ਦਨ ਦੀ ਬੈਠਕ ਲਈ 사ਦਨ ਦੇ ਕੁੱਲ ਮੈਂਬਰਾਂ ਦਾ 1/10 ਭਾਗ ਹੈ ਜਿਹੜਾ ਹਾਜ਼ਰ ਹੋਣਾ ਜ਼ਰੂਰੀ ਹੈ ਤਾਂ ਇੱਥੇ ਭਾਗ ਭਾਰ ਪੈ ਗਿਆ ਫੌਂਟ ਚੇਂਜ ਹੋ ਜਾਂਦੇ ਆ ਭਾਗ ਅਗਰ ਸਦਨ ਦੀ ਬੈਠਕ ਜਿਹੜੀ ਬੁલાਉਣੀ ਹੈ ਤਾਂ ਕੁੱਲ ਮੈਂਬਰਾਂ ਦਾ 1/ਪਾਗ ਜਿਹੜਾ ਹਾਜ਼ਰ ਹੋਣਾ ਜ਼ਰੂਰੀ ਹੈ ਅਗਰ ਕੋਰਮ ਪੂਰਾ ਨਾ ਹੋਣ ਤੇ ਸਪੀਕਰ ਸਦਨ ਦੀ ਬੈਠਕ ਜਿਹੜੀ ਮੁਲਤਵੀ ਕਰ ਸਕਦਾ ਸੋ ਇੱਥੇ ਵੀ ਦੋ ਕੁਐਸਚਨ ਬਣਦੇ ਕਿੰਨਾ ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ 1/10 ਸਦਨ ਦੀ ਬੈਠਕ ਲਈ ਅਤੇ ਜੇ ਪੂਰਾ ਨਹੀਂ ਹੁੰਦਾ 1/10 ਮੈਂਬਰ ਜਿਹੜੇ ਹਾਜ਼ਰ ਨਹੀਂ ਹੁੰਦੇ ਤਾਂ ਇਹਨੂੰ ਜਿਹੜਾ ਬੈਠਕ ਨੂੰ ਮੁਲਤਵੀ ਕੌਣ ਕਰ ਸਕਦਾ ਤਾਂ ਸਪੀਕਰ ਇਹ ਸ ਨੂੰ ਮੁੱਤ ਵੀ ਹੈ ਜਿਹੜਾ ਕਰ ਸਕਦਾ ਹੈ ਅੱਗੇ ਸਾਧਨ ਦਾ ਪ੍ਰੋਗਰਾਮ ਅਗਲਾ ਆਪਣਾ ਪੁਆਇੰਟ ਹੈਗਾ ਤਾਂ ਸਾਧਨ ਦੇ ਸਭਾਪਤੀ ਦੁਆਰਾ ਸਾਧਨ ਦੇ ਨੇਤਾ ਦੀ ਸਲਾਹ ਨਾਲ ਸਾਧਨ ਦਾ ਪ੍ਰੋਗਰਾਮ ਹੈ ਜਿਹੜਾ ਤਿਆਰ ਕੀਤਾ ਜਾਂਦਾ ਸੋ ਇਹ ਵੀ ਆਪਣੇ ਆਪ ਦੇ ਵਿੱਚ ਕੁਐਸਚਨ ਹੈ ਅੱਗੇ ਸਮੁੱਚੇ ਪ੍ਰੋਗਰਾਮ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਜੋ ਸਾਧਨ ਦਾ ਪ੍ਰੋਗਰਾਮ ਹੁੰਦਾ ਹੈ ਇਹ ਦੋ ਹਿੱਸੇ ਕਿਹੜੇ ਨੇ ਇੱਕ ਤਾਂ ਆ ਗਿਆ ਸਰਕਾਰੀ ਕੰਮ ਤੇ ਦੂਸਰਾ ਆ ਗਿਆ ਪ੍ਰਾਈਵੇਟ ਕੰਮ ਗਵਰਨਮੈਂਟ ਬਿਜ਼ਨਸ ਅਤੇ ਪ੍ਰਾਈਵੇਟ ਮੈਂਬਰਸ ਬਿਜ਼ਨਸ ਤਾਂ ਜਿਹੜਾ ਸਾਧਨ ਹੁੰਦਾ ਤਾਂ ਵਧੇਰੇ ਸਮਾਂ ਸਰਕਾਰੀ ਕਾਰਜਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਸਾਧਨ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ 90% ਤੋਂ ਵੀ ਵਧੇਰੇ ਬਿਲ ਜਿਹੜੇ ਉਹ ਸਰਕਾਰੀ ਬਿਲ ਹੁੰਦੇ ਨੇ ਪ੍ਰਾਈਵੇਟ ਮੈਂਬਰ ਬਿਲਾਂ ਤੇ ਵਿਚਾਰ ਜਿਹੜਾ ਹਫ਼ਤੇ ਵਿੱਚ ਕੇਵਲ ਸ਼ੁੱਕਰਵਾਰ ਨੂੰ ਆਖਰੀ 2.5 ਘੰਟੇ ਲਈ ਹੀ ਕੀਤਾ ਜਾਂਦਾ ਤਾਂ ਇਹ ਡੀਪਲੀ ਕੁਐਸਚਨ ਇਹਦੇ ਵਿੱਚੋਂ ਨਿਕਲ ਗਿਆ ਸੋ ਸਰਕਾਰੀ ਬਿਲਾਂ ਬਾਰੇ ਸਾਰੇ ਪੜਦੇ ਆ ਪ੍ਰਾਈਵੇਟ ਦੇ ਘੱਟ ਦੇਣ ਦਿੰਦੇ ਨੇ ਸੋ ਪ੍ਰਾਈਵੇਟ ਮੈਂਬਰ ਜਿਹੜੇ ਬਿੱਲ ਲੈ ਕੇ ਆਉਂਦੇ ਆ ਜਾਂ ਪ੍ਰਾਈਵੇਟ ਕੰਮ ਹੁੰਦੇ ਆ ਇਹਦੇ ਸਬੰਧਤ ਬਿੱਲ ਹੁੰਦੇ ਆ ਤਾਂ ਇਹਨਾਂ ਤੇ ਜਿਹੜਾ ਵਿਚਾਰ ਹੈ ਉਹ ਹਫ਼ਤੇ 'ਚ ਕੇਵਲ ਸ਼ੁੱਕਰਵਾਰ ਦੇ ਦਿਨ ਹੀ ਕੀਤਾ ਜਾਂਦਾ ਹੈ ਸ਼ੁੱਕਰਵਾਰ ਨੂੰ ਕਦੋਂ ਕੀਤਾ ਜਾਂਦਾ ਜਦੋਂ ਆਖਰੀ 2.5 ਘੰਟੇ ਰਹਿ ਜਾਂਦੇ ਨੇ ਤਾਂ ਇਹ ਜ਼ਰੂਰ ਨੋਟ ਕਰ ਲਿਓ ਤਾਂ ਇਹਦੇ ਵਿੱਚੋਂ ਡੀਪਲੀ ਕੁਐਸਚਨ ਬਣਦਾ ਹੈ ਤਾਂ ਇਹ ਤੁਹਾਨੂੰ ਐਮਸੀਕਿਊ ਪ੍ਰਸ਼ਨ ਉੱਤਰਾਂ ਵਿੱਚੋਂ ਨਹੀਂ ਮਿਲੇਗਾ ਜੋ ਇਹ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਹਾਂ ਅੱਗੇ ਆਗੇ ਜੀ ਲੋਕ ਸਭਾ house of the people ਸੰਗੀ ਸੰਸਦ ਜਾਂ ਸੰਸਦ ਜਿਹੜੀ ਹੇਠਲੇ ಸದਨ ਨੂੰ ਲੋਕ ਸਭਾ ਕਿਹਾ ਜਾਂਦਾ ਹੈ ਤਾਂ ਅਕਸਰ ਪੁੱਛਿਆ ਜਾਂਦਾ ਉੱਪਰਲਾ ಸದਨ ਹੇਠਲਾ ಸದਨ ਕਿਹੜਾ ਹੁੰਦਾ ਹੈ ਤਾਂ ਹੇਠਲਾ ಸದਨ ਜਿਹੜਾ ਉਹ ਲੋਕ ਸਭਾ ਹੁੰਦਾ ਹੈ ਇਸ ਤੋਂ ਇਲਾਵਾ ਇਸ ਨੂੰ ਇੱਕ ਹੋਰ ਨਾਮ ਹਰਮਨ ਪਿਆਰਾ ಸದਨ ਹੈ ਜਿਹੜਾ ਵੀ ਕਿਹਾ ਜਾਂਦਾ ਹੈ ਪਪੂਲਰ ਹਾਊਸ ਕਿਉਂਕਿ ਇਹਦੇ ਮੈਂਬਰ ਜਿਹੜੇ ਪ੍ਰਤੱਖ ਤੌਰ ਤੇ ਲੋਕਾਂ ਦੇ ਦੁਆਰਾ ਚੁਣੇ ਜਾਂਦੇ ਆ ਸੋ ਤਿੰਨੇ ਇਹਦੇ ਵਿੱਚ ਕੁਐਸਚਨ ਬਣਗੇ ਸੰਗੀ ਸੰਸਦ ਦਾ ਹੇਠਲਾ ಸದਨ ਕਿਹੜਾ ਹੈ ਲੋਕ ਸਭਾ ਹੋਰ ਇਹਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਰਮਨ ਪਿਆਰੀ ਸਦਨ ਦੇ ਨਾਮ ਨਾਲ ਕਿਉਂ ਇਹਦੇ ਮੈਂਬਰ ਕਿਉਂ ਕਿਵੇਂ ਚੁਣੇ ਜਾਂਦੇ ਆ ਪ੍ਰਤੱਖ ਤੌਰ ਤੇ ਲੋਕਾਂ ਦੇ ਦੁਆਰਾ ਲੋਕ ਸਭਾ ਦੇ ਜਿਹੜਾ ਮੈਂਬਰ ਹੈ ਉਹ ਚੁਣੇ ਜਾਂਦੇ ਆ ਤਾਂ ਇਹਦੇ ਵਿੱਚ ਆਪਣੇ ਤਿੰਨ ਕੁਐਸਚਨ ਬਣ ਗਏ ਇਹਨਾਂ ਕੁ ਪੈਰੇ ਇਹਦੇ ਵਿੱਚ ਤਿੰਨ ਕੁਐਸਚਨ ਜਿਹੜੇ ਆਪਣੇ ਬਣਦੇ ਆ ਅੱਗੇ ਆਗੇ ਜੀ ਲੋਕ ਸਭਾ ਦੀ ਰਚਨਾ ਰਚਨਾ ਕਿਵੇਂ ਹੁੰਸੀ ਲੋਕ ਸਭਾ ਦੀ ਤਾਂ ਆਰੰਭ ਵਿੱਚ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਜਿਹੜੀ 500 ਨਿਸ਼ਚਿਤ ਕੀਤੀ ਗਈ ਸੀ ਪਰ 1956 ਵਿੱਚ ਸੰਵਿਧਾਨ ਦੀ 7ਵੀਂ ਸੋਧ ਦੇ ਰਾਹੀਂ ਇਹ ਗਿਣਤੀ 520 ਹੈ ਜਿਹੜੀ ਕੀਤੀ ਗਈ ਸੀ 1963 ਵਿੱਚ 14ਵੀਂ ਸੋਧ ਰਾਹੀਂ 525 ਅਤੇ 1973 ਵਿੱਚ ਕੀਤੀ ਗਈ 31ਵੀਂ ਸੋਧ ਰਾਹੀਂ ਇਹ ਗਿਣਤੀ 545 ਹੈ ਜਿਹੜੀ ਨਿਸ਼ਚਿਤ ਕਰ ਦਿੱਤੀ ਗਈ ਫਿਰ 1976 ਵਿੱਚ ਕੀਤੀ ਗਈ 42ਵੀਂ ਸੋਧ ਅਧੀਨ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਜਿਹੜੀ 1971 ਦੀ ਜਨਗਣਨਾ ਦੇ ਆਧਾਰ ਤੇ 2001 ਇਸ ਵੀ ਤੱਕ ਨਿਸ਼ਚਿਤ ਕਰ ਦਿੱਤੀ ਗਈ ਸੀ ਅਤੇ ਹੁਣ ਇਹ ਸੰਖਿਆ 2026 ਤੱਕ ਨਿਸ਼ਚਿਤ ਜਿਹੜੀ ਕਰ ਦਿੱਤੀ ਗਈ ਹੈ ਭਾਵ 2026 ਤੱਕ ਲੋਕ ਸਭਾ ਦੇ ਮੈਂਬਰਾਂ ਦੀ ਵਰਤਮਾਨ ਸੰਖਿਆ ਵਿੱਚ ਕੋਈ ਵਾਧਾ ਜਿਹੜਾ ਨਹੀਂ ਕੀਤਾ ਜਾਵੇਗਾ ਸੋ ਇਹ ਦੇ ਵਿੱਚ ਕਿੰਨੇ ਕੁਐਸਚਨ ਤੁਹਾਡੇ ਬਣ ਚੁੱਕੇ ਨੇ ਸੋ ਪਹਿਲੇ ਹੀ ਸੰਖਿਆ ਤੇ ਆ ਜਾਂਦਾ ਕਿ ਲੋਕ ਸਭਾ ਦੇ ਮੈਂਬਰ ਇਹ ਸੰਖਿਆ ਕਿੰਨੀ ਹੈ ਤਾਂ ਪਹਿਲਾਂ ਸਟਾਰਟਿੰਗ ਦੇ ਵਿੱਚ 500 ਆ ਜਿਹੜੀ ਨਿਸ਼ਚਿਤ ਕੀਤੀ ਗਈ ਸੀ ਫਿਰ ਸੈਕੰਡ ਸਟੈਪ 1956 ਦੀ 7ਵੀਂ ਸੋਧ ਰਾਹੀਂ ਇਹ ਗਿਣਤੀ ਹੈ ਜਿਹੜੀ 520 ਹੋਗੀ ਫਿਰ 1963 ਸਾਲ ਦੇ ਵਿੱਚ 14ਵੀਂ ਸੋਧ ਰਾਹੀਂ 525 ਹੋਗੀ ਫਿਰ 1973 ਵਿੱਚ ਕੀਤੀ ਗਈ 31ਵੀਂ ਸੋਧ ਰਾਹੀਂ ਇਹ ਗਿਣਤੀ 545 ਹੋਗੀ ਇਸ ਤੋਂ ਬਾਅਦ 1976 ਵਿੱਚ 42ਵੀਂ ਸੋਧ ਅਧੀਨ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਜੋ 1971 ਦੇ ਵਿੱਚ ਜਨਗਣਨਾ ਹੋਈ ਸੀ ਤਾਂ ਇਸ ਦੇ ਆਧਾਰ ਤੇ 2001 ਇਸ ਵੀ ਤੱਕ ਨਿਸ਼ਚਿਤ ਕਰ ਦਿੱਤੀ ਗਈ। ਹੁਣ ਇਹ ਸੰਖਿਆ 2026 ਤੱਕ ਨਿਸ਼ਚਿਤ ਕਰ ਦਿੱਤੀ ਗਈ ਹੈ। 2026 ਤੱਕ ਲੋਕ ਸਭਾ ਦੇ ਮੈਂਬਰਾਂ ਦੀ ਵਰਤਮਾਨ ਸੰਖਿਆ ਵਿੱਚ ਕੋਈ ਵਾਧਾ ਜਿਹੜਾ ਨਹੀਂ ਕੀਤਾ ਜਾ ਸਕਦਾ। ਸੋ ਇਹ ਤੁਹਾਡੇ ਕੁਐਸਚਨ ਆਪਣੇ ਆਪ ਦਿਮਾਗ ਦੇ ਵਿੱਚ ਫਿੱਟ ਹੋ ਗਏ ਹੋਣਗੇ ਤਾਂ ਨੋਟ ਜਰੂਰ ਕਰ ਲਿਓ ਨਾਲ ਦੀ ਨਾਲ। ਜੋ ਵੀ ਤੁਹਾਨੂੰ ਬੋਲਦੇ ਆ ਤਾਂ ਹੈੱਡਫੋਨ ਜਰੂਰ ਯੂਜ਼ ਕਰ ਸਕਦੇ ਹੋ ਕਿਉਂਕਿ ਆਸਾਨੀ ਨਾਲ ਸਮਝ ਆ ਜਾਂਦੀ ਹੈ। ਅੱਗੇ ਆ ਗਈ ਜੀ ਨਿਯੁਕਤੀ ਦੀ ਵਿਵਸਥਾ ਸੰਵਿਧਾਨ ਦੀ ਧਾਰਾ 331 ਅਧੀਨ ਰਾਸ਼ਟਰਪਤੀ ਜੇਕਰ ਮਹਿਸੂਸ ਕਰਦਾ ਹੈ ਕਿ ਐਂਗਲੋ ਇੰਡੀਅਨ ਜਾਤੀ ਨੂੰ ਲੋਕ ਸਭਾ ਵਿੱਚ ਉਚਿਤ ਪ੍ਰਤੀਨਿਧਤਾ ਨਹੀਂ ਮਿਲੀ ਤਾਂ ਉਹ ਵੱਧ ਵੱਧ ਦੋ ਮੈਂਬਰ ਹੈ ਜਿਹੜੇ ਐਂਗਲੋ ਇੰਡੀਅਨ ਜਾਤੀ ਦੇ ਨਿਯੁਕਤ ਕਰ ਸਕਦਾ ਹੈ ਬੇਸ਼ੱਕ ਹੁਣ ਇਹ ਚੀਜ਼ ਜਿਹੜੀ ਖਤਮ ਹੋ ਚੁੱਕੀ ਹੈ ਪਰ ਕੁਐਸਚਨ ਹਾਲੇ ਵੀ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਨਿਯੁਕਤੀ ਦੀ ਵਿਵਸਥਾ ਆ ਗਈ ਐਗਲੋ ਇੰਡੀਅਨ ਮੈਂਬਰ ਕੌਣ ਨਿਯੁਕਤ ਕਰਦਾ ਹੈ ਅਤੇ ਕਿੰਨੇ ਨਿਯੁਕਤ ਕਰ ਸਕਦਾ ਹੈ ਇਹ ਕੁਐਸਚਨ ਬਣਦੇ ਆ ਅਤੇ ਕਿਹੜੀ ਧਾਰਾ ਅਧੀਨ ਤਿੰਨ ਕੁਐਸਚਨ ਬਣਗੇ ਈਨੀ ਅੰਕ ਲੈਣਾਂ ਦੇ ਵਿੱਚੋਂ ਤਾਂ ਸੰਵਿਧਾਨ ਦੀ ਧਾਰਾ ਆ ਗਈ ਜੀ 331 ਦੇ ਅਧੀਨ ਰਾਸ਼ਟਰਪਤੀ ਇਹ ਜਿਹੜਾ ਐਗਲੋ ਇੰਡੀਅਨ ਜਾਤੀ ਦੇ ਵੱਧ ਤੋਂ ਵੱਧ ਦੋ ਮੈਂਬਰ ਹੈ ਜਿਹੜੇ ਨਿਯੁਕਤ ਕਰ ਸਕਦਾ ਹੈ ਅਗਰ ਰਾਸ਼ਟਰਪਤੀ ਮਹਿਸੂਸ ਕਰਦਾ ਹੈ ਕਿ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਿਹੜੀ ਉਚਿਤ ਪ੍ਰਤੀਨਿਧਤਾ ਜਿਹੜੀ ਨਹੀਂ ਮਿਲੀ ਰਾਸ਼ਟਰਪਤੀਏ ਮੈਂਬਰ ਜਿਹੜੀ ਨਿਯੁਕਤ ਕਰ ਸਕਦਾ ਹੈ ਅਗਲਾ ਆਪਣਾ ਪੁਆਇੰਟ ਹੈ ਸੀਟਾਂ ਰਾਖਵੀਆਂ ਦੀ ਵਿਵਸਥਾ ਪ੍ਰੋਵੀਜ਼ਨ ਆਫ ਦਾ ਰਿਜ਼ਰਵੇਸ਼ਨ ਆਫ ਦਾ ਸੀਟਸ ਤਾਂ ਰਾਖਵੀਆਂ ਸੀਟਾਂ ਨਾਲ ਸੰਬੰਧਿਤ ਕੁਐਸਚਨ ਆਉਂਦੇ ਆ ਤਾਂ ਇੱਥੇ ਕਵਰ ਹੋਣਗੇ ਉਹ ਤਾਂ ਭਾਰਤ ਦੇ ਸੰਵਿਧਾਨ ਅਨੁਸਾਰ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨ ਜਾਤੀਆਂ ਜਿਹਨੂੰ ਆਪਾਂ ਐਸਸੀ ਸ਼ੈਡਿਊਲਡ ਕਾਸਟ ਕਹਿੰਦੇ ਆ ਅਤੇ ਸ਼ੈਡਿਊਲਡ ਡਰਾਈਵਸ ਕਹਿੰਦੇ ਐਸਟੀ ਸ਼ਾਰਟ ਦੇ ਵਿੱਚ ਤਾਂ ਇਹਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਤਾਂ ਇਸ ਨੂੰ ਉਚਿਤ ਪ੍ਰਤੀਨਿਧਤਾ ਦੇਣ ਲਈ ਸੀਟਾਂ ਨੇ ਜਿਹੜੀਆਂ ਰਾਖਮੀਆ ਰੱਖਣ ਦੀ ਵਿਵਸਥਾ ਕੀਤੀ ਗਈ ਹੈ ਪਹਿਲਾਂ ਜਿਹੜੀ ਇਹ ਵਿਵਸਥਾ ਸੀ ਸੰਵਿਧਾਨ ਦੇ ਲਾਗੂ ਹੋਣ ਦੇ 10 ਸਾਲ ਤੱਕ ਦੇ ਸਮੇਂ ਲਈ ਕੀਤੀ ਗਈ ਸੀ ਪ੍ਰੰਤੂ ਸਮੇਂ-ਸਮੇਂ ਦੇ ਨਾਲ ਇਹਦੇ ਨੂੰ ਵਧਾਇਆ ਗਿਆ ਅਤੇ ਹੁਣ ਇਹ ਸਮਾਂ 79ਵੀਂ ਸੋਧ ਦੁਆਰਾ ਸਨ 2010 ਤੱਕ ਸੀ ਜਿਹੜਾ ਕੀਤਾ ਗਿਆ ਸੀ ਯਾਨੀ ਆਪਣਾ ਪੱਧਰ ਹੈ ਜਿਹੜਾ ਉੱਚਾ ਚੱਕ ਸਕਣ ਜੋ ਗਰੀਬ ਦਬਕੇ ਦੇ ਲੋਕ ਨੇ ਤਾਂ ਇਹ ਪ੍ਰੋਸੈਸ ਹੈ ਜਿਹੜਾ ਸਟਾਰਟ ਕੀਤਾ ਗਿਆ ਸੀ ਸੋ ਪਹਿਲਾਂ 10 ਸਾਲ ਤੱਕ ਦੇ ਕੀਤਾ ਗਿਆ ਸੀ ਪਰ ਸਮੇਂ-ਸਮੇਂ ਤੇ ਇਹਦੇ ਵਿੱਚ ਵਾਅਦਾ ਜਿਹੜਾ ਹੁੰਦਾ ਗਿਆ ਸੋ ਵਰਤਮਾਨ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਲਈ 79 ਸਥਾਨ ਅਤੇ ਅਨੁਸੂਚਿਤ ਕਬੀਲਿਆਂ ਲਈ 43 ਸਥਾਨ ਜਿਹੜੇ ਰੱਖੇ ਮੇ ਸਨ ਮਈ 2003 ਨੂੰ ਮੰਤਰੀ ਮੰਡਲ ਦੁਆਰਾ ਲਏ ਗਏ ਫੈਸਲੇ ਦੇ ਅਨੁਸਾਰ 2001 ਦੇ ਵਿੱਚ ਕੀਤੀ ਗਈ ਜਨਗਣਨਾ ਦੇ ਆਧਾਰ ਤੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਲਈ ਰੱਖੀਆਂ ਗਈਆਂ ਜੋ ਰਾਖਵੀਆਂ ਸੀਟਾਂ ਦੇ ਅਨੁਪਾਤ ਦੇ ਵਿੱਚ ਵਾਅਦਾ ਕੀਤਾ ਗਿਆ ਇਸ ਦੇ ਨਤੀਜੇ ਵਜੋਂ ਰਾਖਵੀਆਂ ਰੱਖੀਆਂ ਸੀਟਾਂ ਦੀ ਗਿਣਤੀ ਦੇ ਵਿੱਚ 7 ਸੀਟਾਂ ਦਾ ਜਿਹੜਾ ਵਾਅਦਾ ਜਿਹੜਾ ਕੀਤਾ ਗਿਆ ਸੀ ਤਾਂ ਰਾਖਵੀਆਂ ਸੀਟਾਂ ਨਾਲ ਸੰਬੰਧਤ ਆਪਣੇ ਇਗਜ਼ਾਮ ਦੇ ਵਿੱਚ ਕੁਐਸਚਨ ਹੈ ਜਿਹੜੇ ਆਉਂਦੇ ਨੇ ਤਾਂ ਅਗਲਾ ਆਪਣਾ ਪੁਆਇੰਟ ਆ ਗਿਆ ਜੀ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਵਿਧੀ ਕਿਸ ਤਰ੍ਹਾਂ ਜਿਹੜੇ ਲੋਕ ਸਭਾ ਦੇ ਮੈਂਬਰ ਹੈ ਜਿਹੜੇ ਉਹ ਚੁਣੇ ਜਾਂਦੇ ਨੇ ਮੈਥਡ ਆਫ ਇਲੈਕਸ਼ਨ ਆਫ ਮੈਂਬਰਸ ਆਫ ਲੋਕ ਸਭਾ ਤਾਂ ਕਿਹੜੇ ਸਤਤਾ ਦੇ ਆਧਾਰ ਤੇ ਇਹਨਾਂ ਦੀ ਚੋਣ ਹੈ ਜਿਹੜੀ ਕੀਤੀ ਜਾਂਦੀ ਹੈ ਤਾਂ ਪਹਿਲਾ ਆਪਣਾ ਪੁਆਇੰਟ ਆ ਗਿਆ ਜੀ ਬਾਲਗ ਵੋਟ ਅਧਿਕਾਰ ਲੋਕ ਸਭਾ ਦੀ ਚੋਣ ਲਈ ਹਰ ਬਾਲਗ ਮਰਦ ਅਤੇ ਇਸਤਰੀ ਜਿਹੜਾ 18 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ ਨੂੰ ਬਿਨਾਂ ਕਿਸੇ ਪ੍ਰਕਾਰ ਦੇ ਵਿਭਿੰਨ ਭੇਦ ਦੇ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਦਿੱਤਾ ਗਿਆ ਅਪ੍ਰੈਲ ਮਈ 2004 ਦੇ ਵਿੱਚ ਹੋਈਆਂ 14ਵੀਂ ਲੋਕ ਸਭਾ ਦੀਆਂ ਚੋਣਾਂ ਸਮੇਂ 67.5 ਕਰੋੜ ਦੇ ਲਗਭਗ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਜਿਹੜਾ ਪ੍ਰਾਪਤ ਸੀ ਤਾਂ ਇਹਦੇ ਵਿੱਚੋਂ ਕਿੰਨੇ ਡੀਪਲੀ ਕੁਐਸਚਨ ਤੁਹਾਡੇ ਤੋਂ ਜਿਹੜਾ ਪੁੱਛਿਆ ਜਾ ਸਕਦਾ ਹੈ ਕਿ 14ਵੀਂ ਲੋਕ ਸਭਾ ਦੇ ਦੌਰਾਨ ਜੋ ਚੋਣਾਂ ਹੋਈਆਂ ਸੀ 14ਵੀਂ ਲੋਕ ਸਭਾ ਦੀਆਂ ਤਾਂ ਉਸ ਸਮੇਂ ਕਿੰਨੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਜਿਹੜਾ ਪ੍ਰਾਪਤ ਸੀ ਤਾਂ ਹੁਣ ਜੇ ਨੇ ਡੀਪਲੀ ਇਹ ਥਿਉਰੀ ਟਾਈਪ ਕਨਸੈਪਟ ਪੜਿਆ ਤਾਂ ਉਹ ਤਾਂ ਆਪਸ਼ਨ ਤੇ ਟਿੱਕ ਲਗਾ ਦੇਗਾ ਜਿਹਨੇ ਕੇਵਲ ਐਮਸੀਕਿਊ ਪ੍ਰਸ਼ਨ ਉੱਤਰੀ ਪੜ੍ਹੇ ਨੇ ਤਾਂ ਉਹਨੂੰ ਇਹਦਾ ਆਨਸਰ ਨਹੀਂ ਪਤਾ ਹੋਏਗਾ ਤੁੱਕਾ ਲਾ ਕੇ ਵੀ ਸਹੀ ਨਹੀਂ ਜਾਏਗਾ ਗਾਰੰਟੀ ਹੈ acg 67.5 ਕਰੋੜ ਤਾਂ ਜੋ ਵੀ ਪੜਦੇ ਹੋ ਥਿਉਰੀ ਪੜੋ ਹੋਰ ਵੀ ਕਿਤੋਂ ਮਟੀਰੀਅਲ ਪੜਦੇ ਹੋ ਤਾਂ ਥਿਉਰੀ ਦੇ ਵਿੱਚ ਤੁਹਾਡੇ ਸਾਰੇ ਕੁਐਸਚਨ ਕੰਪਲੀਟ ਹੋਣਗੇ ਕੋਈ ਵੀ ਸਬਜੈਕਟ ਹੈ ਐਮਸੀਕਿਊ ਪ੍ਰਸ਼ਨ ਉਤਰਾਂ ਤੇ ਨਾ ਜਾਓ ਐਮਸੀਕਿਊ ਪ੍ਰਸ਼ਨ ਉਤਰ ਪੜਨ ਵਿੱਚ ਸੌਖੇ ਹੈ ਤੁਹਾਨੂੰ ਸੌਖੇ ਲੱਗਦੇ ਹੈ ਤੁਹਾਨੂੰ ਤੁਸੀਂ ਜਿਹੜਾ ਬੋਰ ਨਹੀਂ ਹੁੰਦੇ ਪਰ ਉਹ ਜਿਆਦਾ ਕੁਐਸਚਨ ਕੰਪਲੀਟ ਨਹੀਂ ਕਰਦੇ ਤਾਂ ਇੱਕ ਕੁਐਸਚਨ ਪਾਤਾ ਤੇ ਇੱਕ ਕੁਐਸਚਨ ਦਾ ਅਨਸਰ ਹੀ ਹੋਏਗਾ ਥਿਉਰੀ ਦੇ ਵਿੱਚ ਤੁਹਾਨੂੰ ਬਹੁਤ ਕੁਐਸਚਨ ਜਿਹੜੇ ਮਿਲਣਗੇ ਸੋ ਇਹ ਲੈਕਚਰ ਸੁਣ ਤੋਂ ਬਾਅਦ ਤੁਹਾਨੂੰ ਚੈਨਲ ਆਇਡਾ ਹੋ ਜਾਏਗਾ ਤਾਂ ਇੱਕ ਤੁਸੀਂ ਐਮਸੀਕਿਊ ਪੜ੍ਹ ਕੇ ਦੇਖ ਲਿਓ ਇੱਕ ਪਾਸੇ ਥਿਓਰੀ ਤੁਸੀਂ ਪੜ੍ਹ ਕੇ ਦੇਖ ਲਿਓ ਤਾਂ ਉਸ ਸਮੇਂ ਗੈਹਤੀ 67.5 ਜਿਹੜੀ ਕਰੋੜ ਸੀ ਅਗਲਾ ਆਪਣਾ ਪੁਆਇੰਟ ਹੈ ਇੱਕ ਮੈਂਬਰੀ ਚੋਣ ਖੇਤਰ ਤਾਂ ਇਸ ਦੇ ਵਿੱਚ ਸਾਰੇ ਦੇਸ਼ ਨੂੰ ਉਹਨੇ ਹੀ ਚੋਣ ਖੇਤਰਾਂ ਵਿੱਚ ਵੰਡ ਲਿਆ ਜਾਂਦਾ ਜਿਨ੍ਹਾਂ ਦੇ ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ ਅਤੇ ਹਰ ਚੋਣ ਖੇਤਰ ਵਿੱਚੋਂ ਇੱਕ ਮੈਂਬਰ ਹੈ ਜਿਹੜਾ ਚੁਣੇ ਜਾਂਦੇ ਤਾਂ ਇਹ ਇੱਕ ਮੈਂਬਰੀ ਚੋਣ ਖੇਤਰ ਸੀਗਾ ਸਿੰਗਲ ਮੈਂਬਰ ਕਨਸਟੀਟਿਊਸ਼ਨ ਕਿ ਸਾਰੇ ਦੇਸ਼ ਦੇ ਚੋਣ ਖੇਤਰ ਜਿਹੜੇ ਹੁੰਦੇ ਸੀ ਉਹਨਾਂ ਨੂੰ ਵੰਡ ਲਿਆ ਜਾਂਦਾ ਸੀ ਅਤੇ ਜਿੰਨੇ ਲੋਕ ਸਭਾ ਦੇ ਮੈਂਬਰ ਉਹਦੇ ਵਿੱਚੋਂ ਚੁਣੇ ਜਾਂਦੇ ਸੀ ਅਤੇ ਹਰ ਚੋਣ ਖੇਤਰ ਵਿੱਚ ਇੱਕ ਮੈਂਬਰ ਜਿਹੜਾ ਚੁਣਿਆ ਜਾਂਦਾ ਸੀ ਜਿਹੜਾ ਆਪਾਂ ਕਨਸੈਪਟ ਕਰ ਰਹੇ ਹਾਂ ਇਹ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਦੇ ਸਬੰਧ ਵਿੱਚ ਹੈ ਕਿਹੜੀ ਵਿਧੀ ਸੀ ਚੋਣ ਦੀ ਤੀਸਰਾ ਪੁਆਇੰਟ ਹੈ ਸੰਯੁਕਤ ਮੈਂਬਰੀ ਚੋਣ ਖੇਤਰ ਜੁਆਇੰਟ ਇਲੈਕਟਰੇਟ ਸਿਸਟਮ ਜਿਹਨੂੰ ਆਪਾਂ ਕਹਿੰਦੇ ਆ। ਇਹਦੇ ਵਿੱਚ ਕੀ ਹੁੰਦਾ ਸੀ? ਤਾਂ ਇਹਦਾ ਭਾਵ ਸੀ ਕਿ ਚੋਣ ਹਲਕੇ ਦੇ ਜਿਹੜੇ ਵੋਟਰ ਸੀ ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋਣ ਸਾਂਝੇ ਉਮੀਦਵਾਰ ਨੂੰ ਵੋਟ ਪਾਉਂਦੇ ਸੀ ਉਹ। ਇਸ ਤਰ੍ਹਾਂ ਜਿਹੜਾ ਸਮਪਰਦਾਇਕ ਪ੍ਰਤੀਨਿਧਤਾ ਨੂੰ ਖਤਮ ਕੀਤਾ ਗਿਆ ਸੀ। ਤਾਂ ਚੌਥਾ ਪੁਆਇੰਟ ਆ ਗਿਆ ਗੁਪਤ ਮਤਦਾਨ। ਮੈਂਬਰਾਂ ਦੀ ਚੋਣ ਗੁਪਤ ਮਤਦਾਨ ਦੁਆਰਾ ਕੀਤੀ ਜਾਂਦੀ ਹੈ ਅਤੇ ਕਿਸੇ ਨੂੰ ਵੀ ਇਹ ਪਤਾ ਨਹੀਂ ਚੱਲਦਾ ਕਿ ਕਿਸ ਨੇ ਜਿਹੜੀ ਕਿਸ ਨੂੰ ਵੋਟ ਪਾਈ ਹੈ ਸੋ ਇਹ ਆਪਾਂ ਵੋਟਾ ਪਾਉਣ ਵੇਲੇ ਦੇਖ ਲਈਆਂ ਪੰਜਵਾਂ ਪੁਆਇੰਟ ਹੈ ਪ੍ਰਤੱਖ ਚੋਣ ਪ੍ਰਣਾਲੀ ਚੋਣ ਖੇਤਰਾਂ ਦੀ ਹੱਦਬੰਦੀ ਦਾ ਕੰਮ ਹੱਦਬੰਦੀ ਅਯੋਗ ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਰਾਸ਼ਟਰਪਤੀ ਦੇ ਦੁਆਰਾ ਜਾਰੀ ਆਦੇਸ਼ ਦੇ ਅਨੁਸਾਰ ਜਿਹੜਾ ਕੀਤਾ ਜਾਂਦਾ ਹੈ ਹੱਦਬੰਦੀ ਅਯੋਗ ਦੇ ਤਿੰਨ ਮੈਂਬਰ ਹੁੰਦੇ ਨੇ ਹੱਦਬੰਦੀ ਅਯੋਗ ਦੇ ਫੈਸਲੇ ਵਿਰੁੱਧ ਕਿਤੇ ਵੀ ਅਪੀਲ ਹੈ ਜਿਹੜੀ ਨਹੀਂ ਕੀਤੀ ਜਾ ਸਕਦੀ ਸੁਪਰ ਤਖਤ ਚੋਣ ਪ੍ਰਣਾਲੀ ਆ ਗਈ ਹੈ। ਅਗਲਾ ਪੁਆਇੰਟ ਹੈ ਹੱਦਬੰਦੀ ਅਯੋਗ ਦੀ ਨਿਯੁਕਤੀ। 12 ਜੁਲਾਈ 2002 ਨੂੰ ਸਰਕਾਰ ਦੁਆਰਾ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਸ਼੍ਰੀ ਕੁਲਦੀਪ ਸਿੰਘ ਦੀ ਗਵਾਈ ਚੋਣ ਹੈ ਜਿਹੜੀ ਤਿੰਨ ਮੈਂਬਰੀ ਹੱਦਬੰਦੀ ਅਯੋਗ ਦਾ ਗਠਨ ਜਿਹੜਾ ਕੀਤਾ ਗਿਆ ਸੀ ਇਹਨਾਂ ਦੀ ਗਵਾਈ ਦੇ ਵਿੱਚ ਜਿਸ ਨੂੰ 2001 ਵਿੱਚ ਕੀਤੀ ਗਈ ਜਨਗਣਨਾ ਦੇ ਆਧਾਰ ਤੇ ਚੋਣ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਕਰ ਲਈ ਜਿਹੜਾ ਕਿਹਾ ਗਿਆ ਸੀਗਾ ਸੋ ਇਹਦੇ ਵਿੱਚ ਵੀ ਇੱਕ ਕੁਐਸਚਨ ਬੰਦ ਹੈ ਹੱਦਬੰਦੀ ਅਯੋਗ ਦੀ ਨਿਯੁਕਤੀ ਜਿਹੜੀ ਕਿਸ ਦੁਆਰਾ ਹੋਈ ਸੀ ਕੌਣ ਇਹਦੇ ਨਾਲ ਜੁੜਿਆ ਹੋਇਆ ਸੀ ਤਾਂ ਰਿਟਾਇਰ ਜੱਜ ਸੀਗੇ ਸ਼੍ਰੀ ਕੁਲਦੀਪ ਸਿੰਘ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਤਿੰਨ ਮੈਂਬਰੀ ਹੱਦਬੰਦੀ ਅਯੋਗ ਹੈ ਇਹਦਾ ਗਠਨ ਸੀ ਜਿਹੜਾ ਕੀਤਾ ਗਿਆ ਸੀ ਕਿਸ ਦੇ ਆਧਾਰ ਤੇ ਕੀਤਾ ਗਿਆ ਸੀਗਾ 2001 ਵਿੱਚ ਜਿਹੜੀ ਜਾਣਗਰਾਨਾ ਕੀਤੀ ਗਈ ਸੀ ਇਸ ਦੇ ਆਧਾਰ ਤੇ ਕਿ ਚੋਣ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਕਰ ਲਈ ਹੈ ਜਿਹੜਾ ਕਿਹਾ ਗਿਆ ਸੀਗਾ ਸੋ ਦੋਸਤੋ ਇਹ ਪਹਿਲੇ ਭਾਗ ਦੇ ਵਿੱਚ ਆਪਣੀ ਜਾਣਕਾਰੀ ਹੈ ਸੋ ਇਹਦੇ ਕੁਝ ਪੁਆਇੰਟ ਹੈ ਜਿਹੜੇ ਰਹਿੰਦੇ ਐ ਸੂਯੋਗਤਾਵਾਂ ਰਹਿ ਗਈਆਂ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਵਿਧੀ ਦੇ ਪੁਆਇੰਟ ਹੋ ਚੁੱਕੇ ਐ ਇਹਦੀਆਂ ਯੋਗਤਾਵਾਂ ਕਿਹੜੀਆਂ ਨੇ ਇਹਦੀ ਮਿਆਦ ਤਾਂ ਇਸ ਤੋਂ ਬਾਅਦ ਆਪਣਾ ਅਗਲਾ ਸਾਧਨ ਸਟਾਰਟ ਹੋਏਗਾ ਰਾਜ ਸਭਾ ਤਾਂ ਕੰਟੀਨਿਊ ਤੁਹਾਨੂੰ ਇਹ ਪੋਲੀਟੀ ਤੇ ਆਪਾਂ ਸਾਰੇ 15 ਕਨਸੈਪਟ ਡੀ ਕਲੀਅਰ ਕਰਵਾਵਾਂਗੇ ਸੋ ਸਮਝ ਆਈ ਤਾਂ ਜਰੂਰ ਕਮੈਂਟ ਕਰ ਦਿਓ ਵੀਡੀਓ ਨੂੰ ਵੱਧ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਓ 3 ਵਜੇ ਕਲਾਸ ਤਾਂ ਆਪਣਾ ਸਮਾਂ ਹੋਏਗਾ ਜਿਸ ਵੀ ਇਗਜ਼ਾਮ ਦੀ ਤੁਸੀਂ ਤਿਆਰੀ ਕਰਦੇ ਹੋ ਸੋ ਪੰਜਾਬ ਪਟੈਟ ਹੁਣ ਆਉਣ ਵਾਲਾ ਹੈ ਪੰਜਾਬ ਪੁਲਿਸ ਦੀਆਂ ਪੋਸਟਾਂ ਜਿਹੜੀ ਜਲਦੀ ਆਊਟ ਹੋ ਜਾਣਗੀਆਂ ਮਾਸਟਰ ਕੁਕੀਡਰ ਭਰਤੀ ਹੈ ਜਿਹੜੀ ਉਹ ਜੋ 4161 ਭਰਤੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਉਹਦੀਆਂ ਪੋਸਟਾਂ ਜਾਰੀ ਕੀਤੀਆਂ ਜਾਣਗੀਆਂ ਜੋ ਵੀ ਤੁਸੀਂ ਇਗਜ਼ਾਮ ਦੇਣਾ ਪੋਲੀਟੀ ਦੀ ਤਿਆਰੀ ਕਰਨੀ ਚਾਹੁੰਦੇ ਹੋ ਤੈਟੋਂ ਕਰ ਸਕਦੇ ਹਾਂ ਤਾਂ ਬਿਲਕੁਲ ਛੋਟ ਦੇ ਵਿੱਚ ਜਾਣਕਾਰੀ ਹੈ ਅਤੇ ਜਿਆਦਾ ਤੋਂ ਜਿਆਦਾ ਕੁਐਸਚਨ ਜਿਹੜੇ ਤੁਹਾਡੇ ਕਵਰ ਹੋਣਗੇ ਸੋ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਦੇ ਵਿੱਚ ਅਗਲੇ ਨਵੇਂ ਭਾਗ ਦੇ ਵਿੱਚ ਉਹ ਤੱਕ ਲਈ ਧੰਨਵਾਦ ਜੀ